ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਪਰਿਪੂਰਨ ਪਰਮਾਤਮਾ ਨੇ ਮਨੁੱਖ ਦੀ ਸਿਰਜਣਾ ਵਿੱਚ ਬਹੁਤ ਵੱਡੀ ਸਿਆਣਪ, ਦੂਰ ਦ੍ਰਿਸ਼ਟੀ ਅਤੇ ਬਖਸ਼ਿਸ਼ ਤੋਂ ਕੰਮ ਲਿਆ। ਸੰਸਾਰ ਦੇ ਤਮਾਮ ਰਹਿਬਰੀ ਪੁਰਸ਼ ਇਸ ਗੱਲ ਨਾਲ ਸਹਿਮਤ ਨੇ ਕਿ ਮਨੁੱਖ ਅਸ਼ਰਫੁਲ ਮਖਲੂਕਾਤ ਹੈ, ਮਖਲੂਕ ਦੇ ਚੋਂ ਸਿਰਮੌਰ ਹੈ, ਜੀਵ ਸ਼੍ਰੇਣੀ ਦਾ ਸਰਦਾਰ ਹੈ। ਸਰਦਾਰ ਹੈ ਇਹ ਅਸ਼ਰਫੁਲ ਮਖਲੂਕਾਤ ਹੈ ਕਿਸ ਖੂਬੀਆਂ ਕਰਕੇ? ਤਨ ਦੀ ਸੁੰਦਰਤਾ ਨੂੰ ਲਈਏ ਤਾਂ ਮੋਰ ਮਨੁੱਖ ਨਾਲੋਂ ਅੱਗੇ ਨੇ। ਜਿਤਨੀ ਸੁਤੰਤਰਤਾ ਦੇ ਨਾਲ ਪਕਸ਼ੀ ਉੱਡ ਸਕਦੇ ਨੇ, ਮਨੁੱਖ ਨਹੀਂ ਉੱਡ ਸਕਦਾ। ਔਰ ਜਿਤਨੀ ਸੁਤੰਤਰ ਹੋ ਕੇ ਮੱਛਲੀ ਜਲ ਦੇ ਵਿੱਚ, ਸਾਗਰ ਦੇ ਵਿੱਚ ਤੈਰ ਸਕਦੀ ਹੈ, ਮਨੁੱਖ ਨਹੀਂ ਤੈਰ ਸਕਦਾ। ਆਕਾਰ ਵਿੱਚ ਜਿਤਨਾ ਹਾਥੀ ਵੱਡਾ ਹੈ, ਇਤਨਾ ਮਨੁੱਖ ਨਹੀਂ ਹੈ। ਨਿਰਭੈਤਾ ਅਤੇ ਸਾਹਸ ਦੇ ਵਿੱਚ ਸ਼ੇਰ ਮਨੁੱਖ ਨਾਲੋਂ ਅੱਗੇ ਹੈ। ਔਰ ਜਿਤਨੀ ਉੱਚੀ ਛਾਲ ਅਤੇ ਦੌਕੜੀ ਹਿਰਨ ਮਾਰ ਲੈਂਦੇ ਨੇ, ਮਨੁੱਖ ਦੀ ਕਿਸਮਤ ਦੇ ਵਿੱਚ ਇਹ ਗੱਲ ਨਹੀਂ ਹੈ। ਗਰਸ ਕੇ ਇਸ ਢੰਗ ਨਾਲ ਤਨ ਦੇ ਤਲ ਦੇ ਉੱਤੇ ਨਾਪੀਏ ਤਾਂ ਮਨੁੱਖ ਪਸ਼ੂਆਂ ਨਾਲੋਂ ਪਛੜੇ ਹੋਇਆ, ਪਿੱਛੇ ਹੈ। ਲੇਕਿਨ ਫਿਰ ਵੀ ਮਨੁੱਖ ਨੂੰ ਅਸ਼ਰਫੁਲ ਮਖਲੂਕਾਤ ਆਖਿਆ ਹੈ, ਮਨੁੱਖ ਨੂੰ ਸਿਰਮੌਰ ਆਖਿਆ, ਮਨੁੱਖ ਨੂੰ ਧਰਤੀ ਦਾ ਸਰਦਾਰ ਆਖਿਆ। ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਨੇ ਤੇਰੀ ਸਿੱਖਦਾਰੀ। ਇਹ ਸਿੱਖਦਾਰ ਹੈ, ਇਸ ਨੂੰ ਇੱਕ ਅਗੰਮੀ ਦਾਤ ਮਿਲੀ ਹੈ ਮਨ ਦੀ। ਇਹ ਪਸ਼ੂ ਪੰਖੀਆਂ ਕੋਲ ਨਹੀਂ ਹੈ। ਮਨ ਕਰਕੇ ਹੀ ਇਸ ਜਾਨਦਾਰ ਨੂੰ ਕਹਿੰਦੇ ਨੇ ਮਨੁਸ਼, ਮਨ ਰੱਖਣ ਵਾਲਾ, ਜਿਹਦੇ ਕੋਲ ਮਨ ਹੈ, ਜੋ ਮਨ ਦੀ ਦੁਨੀਆ ਦਾ ਮਾਲਕ ਹੈ। ਸਵਾਲ ਇਹ ਪੈਦਾ ਹੁੰਦਾ ਹੈ, ਤਨ ਕੀ ਹੈ? ਇਹ ਤਾਂ ਇੱਕ ਡਾਕਟਰ ਨੂੰ ਪਤਾ ਹੈ, ਮੈਡੀਕਲ ਸਾਇੰਸ ਇਸ ਦੀ ਤਸ਼ਰੀਹ ਕਰ ਸਕਦੀ ਹੈ। ਤਨ ਕੀ ਹੈ? ਤਨ ਦੀ ਬਣਤਰ ਕੀ ਹੈ? ਤਨ ਦੇ ਵਿੱਚ ਕੀ ਕੁਛ ਹੈ? ਪਰ ਮਨ ਕੀ ਹੈ? ਇਸ ਦਾ ਅਧਿਐਨ, ਇਸ ਦੀ ਖੋਜ, ਇਸ ਦੀ ਰੂਪ ਰੇਖਾ ਜਿਸ ਢੰਗ ਨਾਲ ਭਾਰਤ ਦੇ ਰਿਸ਼ੀ ਮੁਨੀਆਂ ਨੇ ਚਿੱਤਰੀ ਹੈ, ਇਸ ਢੰਗ ਨਾਲ ਕੋਈ ਹੋਰ ਨਹੀਂ ਚਿਤਰਨ ਕਰ ਸਕਦਾ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਦੇ ਵਿੱਚ ਵੀ ਇਸ ਮਨ ਦੇ ਅਨੇਕਾਂ ਰੂਪ ਆਉਂਦੇ ਨੇ। ਮਨ ਵਾਸਤਵਿਕ ਚਾਰ ਸ਼ਕਤੀਆਂ ਦਾ ਮਜਮੂਆ ਹੈ। ਇਸ ਵਾਸਤੇ ਮਨ ਨੂੰ ਕਹਿੰਦੇ ਨੇ ਚਤੁਸ਼ਟ ਹੈ ਅੰਤਹਕਰਣ। ਮਨ, ਬੁੱਧ, ਚਿੱਤ, ਅਹੰ। ਜਦ ਅੰਦਰ ਫੁਰਨਿਆਂ ਦਾ ਵੇਗ ਚੱਲਦਾ ਹੈ ਤਾਂ ਉਸ ਫੁਰਨਿਆਂ ਦੇ ਵੇਗ ਨੂੰ ਅਸੀਂ ਮਨ ਕਹਿੰਦੇ। ਜਦ ਉਹਨਾਂ ਫੁਰਨਿਆਂ ਦਾ ਅੰਦਰ ਨਿਰਣਾ ਹੁੰਦਾ ਹੈ ਵੀ ਇਸ ਫੁਰਨੇ ਦੇ ਮੁਤਾਬਕ ਮੈਂ ਚੱਲਣਾ ਕਿ ਨਹੀਂ ਚੱਲਣਾ, ਉਸ ਨੂੰ ਕਹਿੰਦੇ ਨੇ ਬੁੱਧ। ਅਤੇ ਜਦ ਅਸੀਂ ਕਿਸੇ ਦੀ ਯਾਦ ਵਿੱਚ ਲੀਨ ਹੁੰਦੇ ਹਾਂ, ਕਿਸੇ ਦੀ ਸਿਮਰਤੀ ਵਿੱਚ ਬੈਠੇ ਹੁੰਦੇ ਹਾਂ, ਉਸ ਵਕਤ ਜੋ ਸ਼ਕਤੀ ਕੰਮ ਕਰਦੀ ਹੈ ਉਹਨੂੰ ਕਹਿੰਦੇ ਨੇ ਚਿੱਤ। ਜਨਮ ਤੋਂ ਲੈ ਕੇ ਮਰਨ ਤੱਕ, ਆਦਿ ਤੋਂ ਲੈ ਕੇ ਅੰਤ ਤੱਕ, ਹਰ ਵਕਤ ਜੋ ਚੌਥੀ ਸ਼ਕਤੀ ਮਨੁੱਖ ਦੇ ਅੰਦਰ ਵਿਆਪਕ ਰਹਿੰਦੀ ਹੈ ਉਹ ਹੈ ਅਹੰ ਭਾਵ, ਮੈਂ ਹਾਂ,
ਮੈਂ ਹੋਵਾਂ ਔਰ ਮੈਂ ਹੀ ਹਾਂ। ਇਹ ਭਾਵ ਮਨੁੱਖ ਦੇ ਅੰਦਰ ਬੜੇ ਪ੍ਰਬਲ ਰੂਪ ਵਿੱਚ ਹੈ। ਸ਼ਕਤੀ ਇੱਕੋ ਹੀ ਹੈ ਮਨੁੱਖ ਦੇ ਅੰਦਰ, ਕਦੀ ਉਹ ਮਨ ਬਣਦੀ ਹੈ, ਕਦੀ ਉਹ ਚਿੱਤ ਬਣਦੀ ਹੈ, ਕਦੀ ਉਹ ਬੁੱਧ ਬਣਦੀ ਹੈ, ਕਦੀ ਉਹ ਅਹੰਗ ਬਣਦੀ ਹੈ। ਧਰਮ ਦੀ ਸਾਰੀ ਸਾਧਨਾ ਜਿਹੜੀ ਹੈ ਇਹ ਮਨ ਨੂੰ ਢਾਲਣ 'ਤੇ ਖੜੀ ਹੈ, ਮਨ ਨੂੰ ਘੜਨ 'ਤੇ ਖੜੀ ਹੈ, ਸਰੀਰ 'ਤੇ ਘੜਿਆ ਹੋਇਆ। ਇੱਥੇ ਸਭ ਕੁਝ ਤਰਤੀਬ ਵਿੱਚ ਹੈ, ਹੱਥ ਪੈਰ ਮੂੰਹ ਮੱਥਾ ਸਭ ਕੁਝ ਤਰਤੀਬ ਵਿੱਚ ਨੇ। ਦੰਦਾਂ ਨੂੰ ਬੜੀ ਸੁੰਦਰ ਤਰਤੀਬ ਪਰਿਪੂਰਨ ਪਰਮਾਤਮਾ ਨੇ ਦੇ ਦਿੱਤੀ ਹੈ। ਰੋਮ ਕਿਸ ਤਰ੍ਹਾਂ ਹੋਣੇ ਚਾਹੀਦੇ ਨੇ, ਕਿੱਥੇ ਹੋਣੇ ਚਾਹੀਦੇ ਨੇ, ਨੱਕ ਕਿੱਥੇ ਹੋਣੀ ਚਾਹੀਦੀ ਹੈ, ਕੰਨ ਕਿੱਥੇ ਹੋਣੇ ਚਾਹੀਦੇ ਨੇ, ਸਰੀਰ ਵਿੱਚ ਸਾਨੂੰ ਬਿਲਕੁਲ ਤਰਤੀਬ ਮਿਲਦੀ ਹੈ। ਪਰ ਜਿਹੜੀ ਮਨ ਹੈ, ਮਨ ਦੀ ਜੋ ਸ਼ਕਤੀ ਹੈ, ਇਹਦੇ 'ਚ ਕੋਈ ਤਰਤੀਬ ਨਹੀਂ ਹੈ। ਇਸ ਤਰਤੀਬ ਨੂੰ ਅਸੀਂ ਦੇਣਾ, ਔਰ ਇਹ ਸਾਰੀ ਤਰਤੀਬ ਸਾਧਨਾ 'ਤੇ ਖੜੀ ਹੈ। ਇਸ ਵਾਸਤੇ ਧਰਮ ਦਾ ਜਨਮ ਹੋਇਆ ਹੈ ਕਿ ਸਰੀਰ ਨੂੰ ਤਰਤੀਬ ਦਿੱਤੀ ਹੈ ਪਰਮਾਤਮਾ ਨੇ, ਔਰ ਆਤਮਾ 'ਤੇ ਸਵੈਮ ਵਿਧਾਨ ਵਿੱਚ ਹੈ, ਤਰਤੀਬ ਵਿੱਚ ਹੈ। ਮਨੁੱਖ ਕੁਛ ਕੰਮ ਤੇਰਾ ਵੀ ਹੈ ਤੂੰ ਮਨ ਨੂੰ ਤਰਤੀਬ ਵਿੱਚ ਲਿਆ, ਤੂੰ ਮਨ ਨੂੰ ਘੜ, ਸਰੀਰ 'ਤੇ ਘੜਿਆ ਹੋਇਆ, ਆਤਮਾ 'ਤੇ ਘੜੀ ਹੋਈ ਹੈ, ਮਨ ਅਨਘੜਾ ਹੈ। ਸੋਨਾ ਭਾਵੇਂ ਕਿਤਨਾ ਹੀ ਕੀਮਤੀ ਹੈ, ਪਰ ਅਨਘੜਾ ਉਹ ਵੀ ਨਹੀਂ ਚੰਗਾ ਲੱਗਦਾ। ਕੋਹੇ ਨੂਰ ਦਾ ਹੀਰਾ ਵੀ ਉਦੋਂ ਕਾਬਲੇ ਦੀਦ ਆਉਂਦਾ ਹੈ ਜਦ ਘੜਿਆ ਜਾਂਦਾ, ਨਹੀਂ ਤਾਂ ਇੱਕ ਪੱਥਰ ਦਾ ਟੁਕੜਾ ਔਰ ਇਤਨਾ ਕਾਬਲੇ ਦੀਦ ਨਹੀਂ ਆਉਂਦਾ। ਇਸੇ ਤਰੀਕੇ ਨਾਲ ਜਦ ਕਿਸੇ ਵਸਤੂ ਨੂੰ ਅਸੀਂ ਘੜਦੇ ਹਾਂ ਤਾਂ ਉਹ ਕਾਰ ਆਮਦ ਵੀ ਹੋ ਜਾਂਦੀ ਹੈ, ਕਾਬਲੇ ਦੀਦ ਵੀ ਹੋ ਜਾਂਦੀ ਹੈ। ਲੋਹਾ ਉਂਝ ਲੋਹਾ ਹੈ, ਪਰ ਜਦ ਕੋਈ ਇੰਜੀਨੀਅਰ ਇਸ ਨੂੰ ਘੜ ਕੇ ਖੂਬਸੂਰਤ ਮਸ਼ੀਨਰੀ ਦੀ ਰੂਪ ਰੇਖਾ ਦੇ ਦਿੰਦਾ ਤਾਂ ਉਹ ਕਾਬਲੇ ਦੀਦ ਵੀ ਹੁੰਦਾ, ਕਾਬਲੇ ਕਬੂਲ ਵੀ ਹੈ ਔਰ ਕਾਬਲੇ ਇਸਤੇਮਾਲ ਵੀ ਹੈ। ਲੱਕੜ ਤਾਂ ਉਂਝ ਲੱਕੜ ਹੈ, ਪਰ ਕੋਈ ਬੜਈ, ਕੋਈ ਦਰਖਾਣ ਰੇਸ਼ੇ ਤੇਸ਼ੇ ਨੂੰ ਲੈ ਕੇ, ਆਰੀ ਨੂੰ ਲੈ ਕੇ, ਆਪਣੇ ਔਜ਼ਾਰਾਂ ਨੂੰ ਲੈ ਕੇ ਜਦ ਲੱਕੜ ਨੂੰ ਖੂਬਸੂਰਤ ਫਰਨੀਚਰ ਦੀ ਸ਼ਕਲ ਦੇ ਦਿੰਦਾ ਹੈ ਤਾਂ ਉਹ ਫਰਨੀਚਰ ਕਾਬਲੇ ਇਸਤੇਮਾਲ ਵੀ ਹੈ ਔਰ ਕਾਬਲੇ ਦੀਦ ਵੀ ਹੈ। ਅਣਘੜੀਆਂ ਲੱਕੜਾਂ ਨਹੀਂ ਚੰਗੀਆਂ ਲੱਗਦੀਆਂ, ਅਣਘੜਾ ਲੋਹਾ ਨਹੀਂ ਚੰਗਾ ਲੱਗਦਾ, ਅਣਘੜਾ ਸੋਨਾ ਨਹੀਂ ਚੰਗਾ ਲੱਗਦਾ, ਅਣਘੜਾ ਹੀਰਾ ਵੀ ਨਹੀਂ ਚੰਗਾ ਲੱਗਦਾ, ਅਣਘੜਾ ਮਨ ਵੀ ਨਹੀਂ ਚੰਗਾ ਲੱਗਦਾ। ਘੜਨਾ ਹੈ ਮਨ ਨੂੰ। ਗੁਰੂ ਨਾਨਕ ਦੀ ਸਾਧਨਾ ਸਾਰੀ ਮਨ ਨੂੰ ਘੜਨ 'ਤੇ ਖੜੀ ਹੈ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿਧਾਂ ਕੀ ਸੁਧ। ਇਸ ਤਰ੍ਹਾਂ ਘੜਨਾ ਹੈ ਮਨ ਨੂੰ ਜਿਵੇਂ ਦੇਵਤਿਆਂ ਨੇ ਆਪਣਾ ਮਨ ਘੜ ਲਿਆ। ਇਸ ਤਰ੍ਹਾਂ ਘਾੜਤ ਘੜਨੀ ਹੈ ਆਪਣੀ ਬੁੱਧ ਦੀ, ਜਿਸ ਤਰ੍ਹਾਂ ਪ੍ਰਬਲ ਮਨੁੱਖ ਅਵਤਾਰੀ ਪੁਰਸ਼ਾਂ ਨੇ ਘੜ ਲਈ। ਕਿੱਥੋਂ ਘੜੀਏ, ਘੜਨ ਦੀ ਸੂਝ ਸਮਝ ਕਿੱਥੋਂ ਲਈ ਹੈ? ਤੋ ਮਹਾਰਾਜ ਦਾ ਫਰਮਾਨ ਹੈ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਇਹ ਸੂਝ ਸਮਝ ਤੇ ਸਤਸੰਗ ਤੋਂ ਮਿਲਣੀ ਹੈ, ਗੁਰੂ ਤੋਂ ਮਿਲਣੀ ਹੈ, ਗੁਰੂ ਦੁਆਰ ਤੋਂ ਮਿਲਣੀ। ਮਨ ਨੂੰ ਕਿਸ ਤਰ੍ਹਾਂ ਘੜਨਾ ਹੈ, ਕਿਵੇਂ ਘੜਨਾ ਹੈ, ਔਰ ਇਹ ਅਣਘੜਾ ਹੈ, ਇਸ ਦਾ ਬੋਧ ਵੀ ਹੋਣਾ ਚਾਹੀਦਾ। ਘੜੇ ਹੋਏ ਮਨ ਵਿੱਚੋਂ ਗਲਤ ਫੁਰਨੇ ਨਹੀਂ ਪੈਦਾ ਹੁੰਦੇ, ਘੜੀ ਹੋਈ ਬੁੱਧੀ ਗਲਤ ਫੈਸਲਾ ਨਹੀਂ ਕਰਦੀ, ਘੜਿਆ ਹੋਇਆ ਚਿੱਤ ਕਦੀ ਗਲਤ ਯਾਦਾਂ ਵਿੱਚ ਲੀਨ ਨਹੀਂ ਆਉਂਦਾ, ਅਤੇ ਘੜੀ ਹੋਈ ਹਉਮੈ ਘੜਿਆ ਹੋਇਆ ਅਹੰ ਕਦੀ ਜਾਬਰ ਨਹੀਂ ਆਉਂਦਾ, ਉਹਦੇ 'ਚ ਜ਼ੁਲਮ ਦਾ ਜਨਮ ਨਹੀਂ ਆਉਂਦਾ। ਉਸ ਅਹੰਗ ਦੇ ਵਿੱਚੋਂ ਵੀ ਪਵਿੱਤਰਤਾ ਦਾ ਜਨਮ ਹੁੰਦਾ, ਉਸ ਹਉਮੈ ਦੇ 'ਚੋਂ ਵੀ ਪ੍ਰਭੂ ਜਨਮ ਲੈਂਦੇ ਨੇ। ਖੁਦਦਾਰ ਹੁੰਦੇ ਨੇ ਸੰਸਾਰੀ, ਖੁਦਦਾਰ ਹੁੰਦੇ ਨੇ ਭਗਤ, ਪਰ ਸੰਸਾਰੀਆਂ ਦਾ ਖੁਦਦਾਰ ਹੋਣਾ ਹੰਕਾਰ 'ਤੇ ਖੜਾ ਹੈ,
ਪਰ ਭਗਤਾਂ ਦਾ ਖੁਦਦਾਰ ਹੋਣਾ ਸਵੈਮਾਨ ਤੇ ਖੜਾ, ਅਣਕ ਤੇ ਖੜਾ, ਗੈਰਤ ਤੇ ਖੜਾ। ਸੰਸਾਰੀ ਦਾ ਸਵੈਮਾਨ ਉਦੋਂ ਮਿੱਟੀ 'ਚ ਮਿਲ ਜਾਂਦਾ ਜਦੋਂ ਜ਼ਾਲਮ ਦੇ ਅੱਗੋਂ ਝੁਕਦਾ ਹੈ। ਝੁਕਦਾ ਝੁਕਦਾ ਭਗਤ ਵੀ ਹੈ, ਝੁਕਦਾ ਸੰਸਾਰੀ ਵੀ ਹੈ। ਸੰਸਾਰੀ ਜ਼ਾਲਮ ਦੇ ਅੱਗੋਂ ਝੁਕਦਾ ਹੈ, ਭਗਤ ਮਜ਼ਲੂਮ ਦੇ ਅੱਗੋਂ ਝੁਕ ਜਾਂਦਾ ਹੈ। ਭਗਤ ਭਗਤ ਦੇ ਅੱਗੋਂ ਝੁਕਦਾ ਹੈ, ਭਗਤ ਨਿਰਮਾਣ ਮਨੁੱਖ ਦੇ ਅੱਗੋਂ ਝੁਕਦਾ ਹੈ, ਲੇਕਿਨ ਜ਼ਾਲਮ ਦੇ ਅੱਗੋਂ ਭਗਤ ਵੀ ਆਕੜ ਕੇ ਖੜਾ ਹੋ ਜਾਂਦਾ। ਉਹਦਾ ਆਹੀ ਭਾਵ ਉਸਨੂੰ ਮਜਬੂਰ ਕਰਦਾ ਹੈ ਕਿ ਜ਼ਾਲਮ ਨੂੰ ਸਜਦਾ ਨਹੀਂ ਕਰਨਾ, ਜ਼ਾਲਮ ਨੂੰ ਝੁਕਣਾ ਨਹੀਂ। ਅਗਰ ਭਗਤ ਵੀ ਸੰਸਾਰ ਵਿੱਚ ਕਿਧਰੇ ਜ਼ਾਲਮਾਂ ਦੇ ਅੱਗੋਂ ਝੁਕੇ ਆਉਂਦੇ ਤੇ ਅੱਜ ਭਗਤਾਂ ਦਾ ਨਾਮ ਨਿਸ਼ਾਨ ਸੰਸਾਰ ਤੇ ਨਹੀਂ ਹੋਣਾ ਸੀ, ਸਿਰਫ ਜ਼ਾਲਮ ਹੀ ਜ਼ਾਲਮ ਹੋਣੇ ਸਨ। ਜ਼ਾਲਮਾਂ ਦਾ ਰਾਜ ਹਮੇਸ਼ਾ ਵਾਸਤੇ ਨਹੀਂ ਬਣ ਸਕਿਆ, ਤੂੰ ਸਿਰਫ ਇਸ ਵਾਸਤੇ ਨਹੀਂ ਬਣ ਸਕਿਆ ਕਿ ਭਗਤ ਟਕਰਾਏ ਨੇ ਜ਼ਾਲਮਾਂ ਨਾਲ, ਭਗਤ ਖੜੇ ਹੋ ਗਏ ਨੇ। ਭਗਤਾਂ ਨੇ ਸਜਦਾ ਨਹੀਂ ਕੀਤਾ, ਸਭ ਨੇ ਸਜਦਾ ਕੀਤਾ, ਭਗਤ ਖੜੇ ਹੋ ਗਏ, ਚਟਾਨ ਦੀ ਤਰ੍ਹਾਂ ਖੜੇ ਹੋ ਗਏ। ਤੋ ਜ਼ਾਲਮ ਆਪਣੇ ਮਨੋਰਥ ਦੇ ਸਫਲ ਨਾ ਹੋਏ। ਇਸ ਵਾਸਤੇ ਜ਼ਾਲਮਾਂ ਦਾ ਇਤਿਹਾਸ ਦੇ ਜ਼ਿਕਰ ਹੈ, ਪਰ ਭਗਤਾਂ ਦਾ ਵੀ ਇਤਿਹਾਸ ਦੇ ਜ਼ਿਕਰ ਹੋ ਗਿਆ। ਸੰਸਾਰੀ ਮਿਟ ਗਏ ਕਿਉਂਕਿ ਜ਼ਾਲਮਾਂ ਦੇ ਅੱਗੋਂ ਝੁਕ ਕੇ ਉਹਨਾਂ ਨੇ ਆਪਣੀ ਹਸਤੀ ਮਿਟਾ ਦਿੱਤੀ। ਸੰਸਾਰ ਵਿੱਚ ਇਤਿਹਾਸ ਦੇ ਉਹ ਪਾਤਰ ਨਹੀਂ ਬਣ ਸਕੇ, ਇਤਿਹਾਸ ਵਿੱਚ ਉਹਨਾਂ ਦਾ ਕੋਈ ਨਾਮ ਨਹੀਂ। ਤੋ ਖੈਰ, ਸੰਖੇਪ ਵਿੱਚ ਅਰਜ਼, ਘੜਨਾ ਹੈ ਬੁੱਧ ਨੂੰ, ਘੜਨਾ ਹੈ ਚਿੱਤ ਨੂੰ, ਘੜਨਾ ਹੈ ਆਂਗ ਨੂੰ, ਘੜਨਾ ਹੈ ਮਨ ਨੂੰ। ਘੜਨ ਤੋਂ ਪਹਿਲੇ ਮਨ ਨੂੰ ਪੜ੍ਹਨਾ, ਔਰ ਮਨ ਨੂੰ ਪੜ੍ਹਨ ਤੋਂ ਵੱਡੀ ਕੋਈ ਪੜ੍ਹਾਈ ਨਹੀਂ ਹੈ। ਮਨ ਦੀ ਸਮਝ ਤੋਂ ਵੱਡੀ ਹੋਰ ਕੋਈ ਸੂਝ ਤੇ ਸਮਝ ਨਹੀਂ ਹੈ। ਮਨ ਦੀ ਸਾਧਨਾ ਤੋਂ ਬਿਨਾਂ ਹੋਰ ਕੋਈ ਵੱਡੀ ਸਾਧਨਾ ਨਹੀਂ ਹੈ। ਔਰ ਇਸ ਸਾਧਨਾ ਵਿੱਚ ਮਨ ਨੂੰ ਜਿੱਤ ਲਿਆ, ਘੜ ਲਿਆ, ਤਾਂ ਇਸ ਤੋਂ ਵੱਡੀ ਸੰਸਾਰ ਵਿੱਚ ਹੋਰ ਕੋਈ ਸਫਲਤਾ ਵੀ ਨਹੀਂ ਹੈ। ਇਹ ਸਭ ਤੋਂ ਵੱਡੀ ਸਫਲਤਾ ਹੈ, ਇਹ ਸਭ ਤੋਂ ਵੱਡੀ ਪ੍ਰਾਪਤੀ ਹੈ, ਇਹ ਸਭ ਤੋਂ ਵੱਡਾ ਆਨੰਦ ਹੈ, ਇਹ ਸਭ ਤੋਂ ਵੱਡਾ ਰਸ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਮਨ ਦੇ ਅਨੇਕਾਂ ਰੂਪ ਕਥਨ ਕੀਤੇ ਗਏ ਨੇ। ਭਗਤ ਕਬੀਰ ਕਹਿੰਦੇ ਨੇ, ਕਬੀਰ ਕੂਕਰ ਭੌਂਕਣਾ ਕਰੰਗ ਪਿੱਛੇ ਉੱਠਦਾਏ, ਕਰਮੀ ਸਤਿਗੁਰ ਪਾਇਆ ਜਿਨ ਹਉ ਲਿਆ ਛੁਡਾਏ। ਇਹ ਮਨ ਭੌਂਕਣਾ ਕੁੱਤਾ ਹੈ, ਇਹਦੀ ਆਦਤ ਹੈ ਕਰੰਗ ਦੇ ਪਿੱਛੇ ਦੌੜਨ ਦੀ। ਕਰੰਗ ਉਹ ਜੋ ਹੱਡੀਆਂ ਦਾ ਢਾਂਚਾ ਤੇ ਰਹਿ ਗਿਆ ਮਾਸ ਹੈ ਹੀ ਨਹੀਂ, ਕੁੱਤਾ ਉਹਦੇ ਤੇ ਦੌੜ ਪੈਂਦਾ, ਹੱਡੀਆਂ ਨੂੰ ਚੂਸਦਾ, ਖੂਨ ਆਪਣਾ ਹੀ ਨਿਕਲਦਾ, ਆਪਣੇ ਖੂਨ ਦਾ ਸਵਾਦ ਮਾਣ ਕੇ ਰਸਮੁਗਤ ਹੋ ਕੇ ਕਹਿੰਦਾ ਹੱਡੀ ਬਹੁਤ ਸਵਾਦਲੀ ਹੈ। ਹੱਡੀ ਕਿੱਥੇ ਸਵਾਦਲੀ ਹੈ, ਤੂੰ ਆਪਣਾ ਹੀ ਖੂਨ ਪੀ ਰਿਹਾ। ਦਰਅਸਲ ਪਦਾਰਥਾਂ ਦਾ ਰਸ ਪਦਾਰਥਾਂ ਦਾ ਰਸ ਨਹੀਂ, ਮਨੁੱਖ ਆਪਣੇ ਹੀ ਸਰੀਰ ਦਾ, ਆਪਣੀ ਹੀ ਆਤਮਾ ਦਾ, ਆਪਣੀ ਹੋਂਦ ਦਾ ਰਸ ਪਦਾਰਥਾਂ ਵਿੱਚ ਲੀਨ ਕਰਕੇ ਜੋੜ ਕੇ ਉਹਦਾ ਸਵਾਦ ਮਾਣਦਾ, ਕਹਿੰਦਾ ਪਦਾਰਥ ਦਾ ਰਸ ਹੈ। ਕਿੱਥੇ ਪਦਾਰਥ ਦਾ ਰਸ ਹੈ, ਤੇਰਾ ਖੂਨ ਇਸ ਪਦਾਰਥ ਵਿੱਚ ਮਿਲਿਆ ਤਾਂ ਕੋਈ ਸਵਾਦੀ ਹੋਇਆ, ਤਾਂ ਕੋਈ ਰਸਦਾਇਕ ਹੋਇਆ। ਪਰ ਇਹ ਬਿਰਤੀ ਕੂਕਰ ਦੀ ਹੈ। ਇਸ ਵਾਸਤੇ ਕਬੀਰ ਕਹਿੰਦੇ ਨੇ, ਮਨੁੱਖ ਦਾ ਮਨ ਕੂਕਰ ਦੀ ਤਰ੍ਹਾਂ, ਕਬੀਰ ਕੂਕਰ ਭੌਂਕਣਾ ਕਰੰਗ ਪਿੱਛੇ ਉੱਠਦਾਏ, ਕਰਮੀ ਸਤਿਗੁਰ ਪਾਇਆ ਜਿਨ ਹਉ ਲਿਆ ਛੁਡਾਏ। ਇਸ ਮਨ ਨੂੰ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਮਾਈ ਮਨ ਮੇਰੋ ਬਸ ਨਾ ਹੈ, ਨਿਸਬਾ ਸੁਰ ਬਿਖਿਅਨ ਕੋ ਧਾਵੇ, ਕਹਿ ਬਿਦਰੋ ਕੋ ਤਾਏ। ਇਹ ਤੇ ਵਿਸ਼ਾਈ ਹੈ, ਇਹਦੇ 'ਚ ਤੇ ਹਰ ਦਿਨ ਨਵੀਂ ਵਾਸ਼ਨਾ ਪੈਦਾ ਹੁੰਦੀ ਹੈ, ਹਰ ਰਾਤ ਇਹ ਨਵੀਂ ਵਾਸ਼ਨਾਵਾਂ ਨੂੰ ਜਨਮ ਦਿੰਦਾ ਹੈ। ਹਰ ਪਲ ਵਿੱਚ ਕੋਈ ਨਵੀਂ ਵਾਸ਼ਨਾ ਜਨਮ ਲੈਂਦੀ ਹੈ। ਇੱਕ ਵਾਸ਼ਨਾ ਦੀ ਪੂਰਤੀ ਨਹੀਂ ਹੋਈ, ਦੂਸਰੀ ਪੈਦਾ ਹੋ ਗਈ, ਦੂਸਰੀ ਦੀ ਪੂਰਤੀ ਨਹੀਂ ਹੋਈ, ਤੀਸਰੀ ਦੀ ਜੋ ਹੈ ਪਕੜ ਹੋ ਗਈ ਹੈ।
ਤਾਂ ਸਾਹਿਬ ਕਹਿੰਦੇ ਨੇ ਇਹ ਮਨ ਤੇ ਵਿਸ਼ਾ ਹੀ ਹੈ, ਬਾਸ਼ਨਾ ਨਾਲ ਭਰਿਆ ਹੋਇਆ, ਇਹ ਮੇਰੇ ਵਸਦੇ 'ਚ ਨਹੀਂ, ਇਹ ਮੇਰੇ ਕਾਬੂ 'ਚ ਨਹੀਂ। ਮਹਾਰਾਜ ਮਨੁੱਖੀ ਮਨ ਨੂੰ ਕੁੱਤੇ ਦੀ ਪੂਛ ਨਾਲ ਤਸ਼ਬੀਹ ਦਿੰਦੇ ਨੇ ਕਿ ਸਵਾਨ ਪੂਛ ਜਿਉਂ ਭਇਓ ਨ ਸੂਦੋ, ਬਹੁਤ ਯਤਨ ਮੈਂ ਕੀਨੀ। ਕਹਾਣੀ ਹੈ ਕਿ ਕੱਪੜੇ ਨਾਲ ਬੰਨ੍ਹ ਕੇ ਰੱਖੀ ਗਈ ਕੁੱਤੇ ਦੀ ਪੂਛ ਪਰ ਸਿੱਧੀ ਨਾ ਹੋ ਸਕੀ। ਇੱਕ ਸਿੱਧੀ ਲੱਕੜ ਨਾਲ ਵੀ ਬੰਨ੍ਹ ਕੇ ਰੱਖੀ ਗਈ, ਜਦ ਖੋਲਿਆ ਤੇ ਫਿਰ ਟੇੜੀ ਹੋ ਗਈ। ਲੱਖ ਉਪਾਓ ਯਤਨ ਕਰੀਏ, ਕੁੱਤੇ ਦੀ ਪੂਛ ਸਿੱਧੀ ਨਹੀਂ ਆਉਂਦੀ, ਉਹ ਟੇੜੀ ਦੀ ਟੇੜੀ ਰਹਿੰਦੀ ਹੈ। ਪਾਤਸ਼ਾਹ ਕਹਿੰਦੇ ਨੇ ਅਨੇਕਾਂ ਵੀ ਸਾਧਨਾ ਕਰੀਏ ਪਰ ਮਨੁੱਖ ਦੀ ਮਨ ਨੂੰ ਵਿੰਗੇ ਟੇੜੇ ਚੱਲਣ ਦੀ ਆਦਤ ਹੀ ਹੋ ਗਈ, ਸਿੱਧਾ ਚੱਲਦਾ ਹੀ ਨਹੀਂ, ਸਿੱਧਾ ਮਾਰਗ ਹੀ ਨਹੀਂ ਅਪਣਾਉਂਦਾ। ਸੂਦੇ ਸੂਦੇ ਰੇਂਗ ਚਲੋ ਤੁਨ ਨਾ ਤਰ ਕੁਦੱਖਾ ਖਈਏ ਰੇ। ਭਗਤ ਕਬੀਰ ਜੀ ਮਹਾਰਾਜ ਦਾ ਕਥਨ ਹੈ, ਸਿੱਧਾ ਚੱਲ, ਵਿੰਗਾ ਕਿਉਂ ਚੜਦਾ, ਟੇੜਾ ਕਿਉਂ ਚੱਲਦਾ, ਉਲਟਾ ਕਿਉਂ ਚੱਲਦਾ। ਪਰ ਸੰਸਾਰ ਦੀ ਯਾਤਰਾ ਮਨੁੱਖ ਬੜੇ ਵਿੰਗੇ ਟੇੜੇ ਢੰਗ ਨਾਲ ਕਰਦਾ ਔਰ ਇਸਦੇ ਵਿੰਗੇ ਟੇੜੇ ਢੰਗ ਨਾਲ ਚੱਲਣ ਕਰਕੇ ਕਈ ਦਫ਼ਾ ਸਿੱਧੇ ਰਸਤੇ ਵੀ ਵਿਗੜਦੇ ਨੇ, ਟੁੱਟਦੇ ਨੇ। ਜਦ ਇਹ ਸਿੱਧਾ ਚੱਲੇ ਨਾ ਤਾਂ ਸਿੱਧੇ ਰਸਤਿਆਂ ਦੀ ਅਹਿਮੀਅਤ ਖੋ ਜਾਂਦੀ ਹੈ ਔਰ ਜਦ ਇਹ ਟੇੜਾ ਚੱਲੇ ਤਾਂ ਚੱਲਣ ਕਰਕੇ ਹੀ ਰਸਤੇ ਟੇੜੇ ਬਣ ਜਾਂਦੇ, ਜਦ ਇਹ ਵਿੰਗਾ ਚੱਲੇ ਤਾਂ ਵਿੰਗਾ ਚੱਲਣ ਨਾਲ ਹੀ ਰਸਤੇ ਵਿੰਗੇ ਅਤੇ ਉਲਟੇ ਬਣ ਜਾਂਦੇ ਨੇ। ਜਦ ਮਨੁੱਖ ਬਹੁਤੇ ਉਲਟੇ ਚੱਲਣਗੇ ਤਾਂ ਜ਼ਮੀਨ ਦੇ ਉੱਤੇ ਰਸਤੇ ਉਲਟੇ ਬਣ ਜਾਣਗੇ। ਇਸ ਵਾਸਤੇ ਉਲਟਾ ਚੱਲਣ ਕਰਕੇ, ਗਲਤੀਆਂ ਕਰਨ ਕਰਕੇ ਸੰਸਾਰ ਵਿੱਚ ਗਲਤੀਆਂ ਵੀ ਗਲਤੀਆਂ ਨਹੀਂ ਰਹੀਆਂ, ਕਿਉਂਕਿ ਇੱਕ ਮਨੁੱਖ ਗਲਤੀ ਕਰੇ, ਦੂਜੀ ਗਲਤੀ ਕਰੇ, ਤੀਜੀ ਗਲਤੀ ਕਰੇ, ਚੌਥੀ ਗਲਤੀ ਕਰੇ, ਤਾਂ ਗਲਤੀ ਤਾਂ ਰੋਜ਼ਮਰਾ ਦਾ ਇੱਕ ਕਰਮ ਬਣ ਜਾਂਦਾ, ਰੋਜ਼ਮਰਾ ਦੀ ਇੱਕ ਲੋੜ ਬਣ ਜਾਂਦੀ ਹੈ। ਤਾਂ ਵਿਕਾਰ, ਦੁਰਾਚਾਰ, ਝੂਠ ਮਨੁੱਖ ਦੀ ਦੈਨਿਕ ਲੋੜ ਬਣ ਗਈ ਹੈ, ਰੋਜ਼ਮਰਾ ਦੀ ਲੋੜ ਹੈ। ਗਲਤੀਆਂ ਵੀ ਰੋਜ਼ਮਰਾ ਦੀ ਲੋੜ ਬਣ ਗਈਆਂ, ਕਾਰਨ ਕਿ ਗਲਤ ਚੱਲਣ ਨਾਲ ਗਲਤ ਰਸਤੇ ਬਣ ਜਾਂਦੇ ਨੇ ਅਤੇ ਫਿਰ ਪੀੜ੍ਹੀ ਦਰ ਪੀੜ੍ਹੀ ਮਨੁੱਖ ਉਹਨਾਂ ਗਲਤ ਰਸਤਿਆਂ 'ਤੇ ਚੱਲਦਾ। ਸਾਹਿਬ ਇਸ ਮਨ ਨੂੰ ਖੋਤੇ ਨਾਲ ਵੀ ਤਸ਼ਬੀਹ ਦਿੰਦੇ ਨੇ, ਗਧੇ ਨਾਲ। ਭਾਰਤ ਦੇ 'ਚ ਗਧਾ ਬੇਵਕੂਫੀ ਦਾ ਪ੍ਰਤੀਕ ਹੈ, ਮੂਰਖਤਾ ਦਾ ਚਿੰਨ੍ਹ ਮੰਨਿਆ ਜਾਂਦਾ। ਤਾਂ ਸਾਹਿਬਾਂ ਦੀ ਬਾਣੀ ਦਾ ਫਰਮਾਨ, ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੋ ਮਹਾਂ ਉਦਮਾਦਾ, ਖਰ ਕਾ ਪੈਖਰ ਤੋ ਛੁਟੇ ਜੋ ਉਪਰ ਲਾਦਾ। ਜਿਸ ਵਕਤ ਖੋਤੇ ਦੇ ਉੱਤੇ ਕੋਈ ਭਾਰ ਲੱਦਦੇ ਨੇ ਅਤੇ ਉਹਦੇ ਪੈਰ ਬੰਨ ਦਿੰਦੇ ਨੇ ਅਤੇ ਜਦ ਭਾਰ ਲੱਦ ਦਿੰਦੇ ਨੇ ਫਿਰ ਪੈਰ ਖੋਲਦੇ ਨੇ। ਇਸ ਤਰ੍ਹਾਂ ਮਨੁੱਖੀ ਮਨ ਨੂੰ ਸਾਹਿਬ ਕਹਿੰਦੇ ਨੇ ਤੇ ਖੋਤਾ, ਤੈਨੂੰ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ, ਇਹ ਮਨ ਤੈਨੂੰ ਖੁੱਲ੍ਹਾ ਨਹੀਂ ਛੱਡਿਆ ਜਾ ਸਕਦਾ, ਔਰ ਜੇ ਤੈਨੂੰ ਖੁੱਲ੍ਹਾ ਛੱਡਣਾ ਹੋਵੇ ਤਾਂ ਵੀ ਤੇਰੇ ਉੱਤੇ ਕੁਝ ਲੱਦਣਾ ਪਏਗਾ, ਤਾਂ ਕਿ ਤੂੰ ਬਹੁਤ ਦੌਕੜੀਆਂ ਨਾ ਮਾਰੇ, ਤੂੰ ਬਹੁਤ ਨਾ ਭੱਜੇ। ਜਿਸ ਮਨ ਦੇ ਪੈਰ ਵਿੱਚ ਕੋਈ ਰੱਸਾ ਨਾ ਹੋਵੇ ਅਤੇ ਉੱਪਰ ਕੋਈ ਲੱਦਿਆ ਹੋਇਆ ਭਾਰ ਨਾ ਹੋਵੇ, ਉਹ ਤਾਂ ਆਵਾਰਾ ਗਰਦੀ ਕਰੇਗਾ। ਮਨੁੱਖ ਬੈਠਾ ਹੈ ਲੇਕਿਨ ਮਨ ਆਵਾਰਾ ਗਰਦੀ ਕਰ ਰਿਹਾ। ਨਿਮਖ ਮਾਂ ਚਾਰ ਕੁੰਟ ਫਿਰ ਆਵੇ, ਇੱਕ ਸੈਕਿੰਡ ਵਿੱਚ ਇਹ ਚਾਰ ਦਿਸ਼ਾਵਾਂ ਵਿੱਚ ਭਟਕ ਕੇ ਆ ਜਾਂਦਾ, ਭਟਕ ਭਟਕ ਕੇ ਮੱਥਾ ਹੀ ਮਾਰਦਾ ਰਹਿੰਦਾ ਸਾਰਾ ਦਿਨ। ਤਾਂ ਸਾਹਿਬ ਕਹਿੰਦੇ ਨੇ ਇਸ ਤਰ੍ਹਾਂ ਦੇ ਭਟਕੇ ਹੋਏ ਮਨ ਦਾ ਕਿਸ ਢੰਗ ਨਾਲ ਭਰੋਸਾ ਕੀਤਾ ਜਾ ਸਕਦਾ ਹੈ ਜਿਹੜਾ ਇੱਕ ਛਿੰਨ ਵਾਸਤੇ ਵੀ ਕਿਸੇ ਥਾਂ 'ਤੇ ਟਿਕ ਕੇ ਨਾ ਬੈਠੇ, ਇੱਕ ਛਿੰਨ ਵਾਸਤੇ ਵੀ ਕਿਸੇ ਥਾਂ 'ਤੇ ਟਿਕੇ ਨਾ। ਤੋ ਮਨ ਖੁੱਟ ਹਰ ਤੇਰਾ ਨਹੀਂ ਵਿਸਾਸ, ਤੋ ਮਹਾਂ ਉਦਮਾਦਾ, ਖਰਕਾ ਪੈਖਰ ਤੋ ਛੁਟੇ ਜੋ ਉੱਪਰ ਲਾਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਮਨ ਮੈਂ, ਆਪ ਕਹਿੰਦੇ ਨੇ
ਮਨ ਕਮੀਨ ਕਮ ਤਰੀਨ ਮਨ ਤੋਂ ਮਹਿੰਦਾ ਵੀ ਬੋਧ ਹੈ ਮਨ ਕਮੀਨ ਕਮ ਤਰੀਨ ਤੂੰ ਦਰਿਆ ਖੁਦਾਇਆ ਦਰਅਸਲ ਮਨ ਨੀਵੇਂ ਤੋਂ ਨੀਵਾਂ ਜਾ ਸਕਦਾ ਹੈ ਮਨ ਉੱਚੇ ਤੋਂ ਉੱਚਾ ਜਾ ਸਕਦਾ ਹੈ ਨੀਵੇਂ ਤੋਂ ਨੀਵਾਂ ਗਿਆ ਤਾਂ ਫਿਰ ਮਨੁੱਖ ਸ਼ੈਤਾਨ ਹੈ ਮਨੁੱਖ ਪਸ਼ੂ ਹੈ ਔਰ ਉੱਚੇ ਤੋਂ ਉੱਚਾ ਗਿਆ ਤਾਂ ਫਿਰ ਮਨੁੱਖ ਦੇਵਤਾ ਹੈ ਮਨੁੱਖ ਹੀ ਭਗਵਾਨ ਹੈ ਮਨੁੱਖ ਹੀ ਗੁਰੂ ਹੈ ਫਿਰ ਮਨੁੱਖ ਹੀ ਪਰਮਾਤਮਾ ਹੈ ਤਾਂ ਸਾਹਿਬ ਐਸਾ ਫਰਮਾਨ ਕਰਦੇ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਐ ਮਨ ਤੂੰ ਨਿਰਾ ਖੋਤਾ ਨਹੀਂ ਤੂੰ ਨਿਰਾਈ ਕਮੀਨ ਤੇ ਕਮਤਰੀਨ ਨਹੀਂ ਤੂੰ ਨਿਰਾਈ ਭੌਂਕਣਾ ਕੁੱਤਾ ਨਹੀਂ ਬਲਕਿ ਤੂੰ ਜੋਤ ਸਰੂਪ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਦਰਅਸਲ ਪਾਣੀ ਤੇ ਪਾਣੀ ਹੈ ਬਰਫ਼ ਵੀ ਪਾਣੀ ਹੈ ਭਾਪ ਵੀ ਪਾਣੀ ਹੈ ਪਾਣੀ ਦੇ ਤਿੰਨ ਰੂਪ ਅਸੀਂ ਦੇਖਦੇ ਹਾਂ ਇੱਕ ਤੇ ਬਰਫ਼ ਹੈ ਠੋਸ ਜਮੀ ਹੋਈ ਕੋਈ ਹਰਕਤ ਨਹੀਂ ਇੱਕ ਪਾਣੀ ਹੈ ਇਹਦੇ 'ਚ ਹਰਕਤ ਹੈ ਇਹਦੇ 'ਚ ਗਤੀ ਹੈ ਇਹ ਤਰਲ ਹੈ ਇਹ ਠੋਸ ਨਹੀਂ ਇਹ ਸਖ਼ਤ ਨਹੀਂ ਪਰ ਜਿਹੜੀ ਗਤੀ ਹੈ ਇਸ ਦੇ 'ਚ ਉਹ ਜ਼ਮੀਨ 'ਤੇ ਹੀ ਹੈ ਆਸਮਾਨ 'ਤੇ ਨਹੀਂ ਪਰ ਪਾਣੀ ਦੀ ਗਤੀ ਆਸਮਾਨ 'ਤੇ ਵੀ ਹੋ ਸਕਦੀ ਹੈ ਜਦ ਪਾਣੀ ਭਾਪ ਬਣ ਜਾਏ ਜਦ ਪਾਣੀ ਬੁਖਾਰਾਤ ਬਣ ਜਾਏ ਜਦ ਪਾਣੀ ਬੱਦਲ ਬਣ ਜਾਏ ਤਾਂ ਪਾਣੀ ਆਸਮਾਨ 'ਤੇ ਉੱਡਦਾ ਹੈ ਪਰ ਪਾਣੀ ਦੀ ਪਹੁੰਚ ਆਸਮਾਨ ਤੱਕ ਹੋ ਜਾਂਦੀ ਹੈ ਬਰਫ਼ ਹੈ ਜ਼ਮੀਨ 'ਤੇ ਵੀ ਨਹੀਂ ਚੱਲ ਸਕਦੀ ਕੁਛ ਮਨੁੱਖ ਉਹਨਾਂ ਦੇ ਮਨ ਬਰਫ਼ ਦੀ ਤਰ੍ਹਾਂ ਜਮੇ ਹੋਏ ਨੇ ਠੋਸ ਨੇ ਜਿਨ੍ਹਾਂ ਨੂੰ ਕਹਿ ਦਿੱਤਾ ਜਾਂਦਾ ਜੜ ਮੂਰਖ ਬਿਲਕੁਲ ਜੀਵਨ ਵਿੱਚ ਕੋਈ ਗਤੀ ਨਹੀਂ ਖਾ ਲਿਆ ਪੀ ਲਿਆ ਸੌਂ ਗਏ ਜੀ ਲਿਆ ਮਰ ਗਏ ਬਿਲਕੁਲ ਪੱਥਰ ਦੀ ਤਰ੍ਹਾਂ ਬਿਲਕੁਲ ਠੋਸ ਬਰਫ਼ ਦੀ ਤਰ੍ਹਾਂ ਜ਼ਿੰਦਗੀ ਦੇ ਕਿਸੇ ਪਹਿਲੂ ਦੇ 'ਚ ਕੋਈ ਗਤੀ ਨਹੀਂ ਨਾ ਕਦੀ ਕਵੀ ਬਣੇ ਨਾ ਕਦੀ ਕੋਈ ਕਲਾਕਾਰ ਬਣੇ ਨਾ ਫਿਲੋਸਫਰ ਬਣੇ ਨਾ ਭਗਤ ਬਣੇ ਨਾ ਸੰਤ ਬਣੇ ਨਾ ਸਮਾਜ ਸੁਧਾਰਕ ਬਣੇ ਨਾ ਹੀ ਪ੍ਰਕਿਰਤੀ ਨੂੰ ਦੇਖਣ ਦੀ ਜਾਂਚ ਨਾ ਹੀ ਪ੍ਰਕਿਰਤੀ ਦੇ ਦਾਤੇ ਪਰਮਾਤਮਾ ਨੂੰ ਦੇਖਣ ਦਾ ਢੰਗ ਨਾ ਮਨੁੱਖ ਦੀ ਆਤਮਾ ਦੇ ਵਿੱਚ ਝਾਤ ਮਾਰ ਕੇ ਵੇਖੀ ਨਾ ਪਸ਼ੂਆਂ ਦਾ ਜਗਤ ਵੇਖਿਆ ਜ਼ਿੰਦਗੀ ਵਿੱਚ ਕੋਈ ਗਤੀ ਹੀ ਨਹੀਂ ਕੋਈ ਚੱਲਣਾ ਹੀ ਨਹੀਂ ਰੁਕੀ ਹੋਈ ਜ਼ਿੰਦਗੀ ਠੋਸ ਬਰਫ਼ ਦੂਸਰੇ ਉਹ ਮਨੁੱਖ ਨੇ ਜਿਨ੍ਹਾਂ ਦਾ ਮਨ ਪਾਣੀ ਦੀ ਤਰ੍ਹਾਂ ਕੁਛ ਗਤੀ ਹੈ ਇਹ ਗੱਲ ਵੱਖਰੀ ਹੈ ਕਿ ਗਤੀ ਅਜੇ ਜ਼ਮੀਨ 'ਤੇ ਹੀ ਹੈ ਉੱਚੇ ਨਹੀਂ ਉੱਠੇ ਪਰ ਹੈ ਗਤੀ ਤਰਲ ਹੋ ਗਏ ਨੇ ਠੋਸਪਣਾ ਖਤਮ ਹੋ ਗਿਆ ਕੁਝ ਕੋਮਲਤਾ ਆ ਗਈ ਹੈ ਔਰ ਜਿੱਧਰ ਜਿੱਧਰ ਵਗਦੇ ਨੇ ਕੁਝ ਤਰੋ ਤਾਜ਼ਗੀ ਦੇਈ ਜਾਂਦੇ ਨੇ ਕੁਝ ਪਰਉਪਕਾਰ ਦਾ ਮਾਦਾ ਪੈਦਾ ਹੋ ਗਿਆ ਹਮਦਰਦੀ ਹੈ ਅੰਦਰ ਦਇਆ ਹੈ ਅੰਦਰ ਪਰ ਇਸ ਦੇ ਨਾਲ ਧਰਤੀ 'ਤੇ ਸਰਸਬਜ਼ ਹੋ ਰਹੀ ਹੈ ਪਰ ਥੋੜ੍ਹਾ ਜਿਹਾ ਹਿੱਸਾ ਥੋੜ੍ਹਾ ਜਿਹਾ ਗਤੀ ਹੈ ਪਰ ਬਹੁਤ ਥੋੜ੍ਹੀ ਅਜੇ ਇਸ ਪਾਣੀ ਨੇ ਬੁਲੰਦੀਆਂ ਨੂੰ ਨਹੀਂ ਛੋਇਆ ਅਜੇ ਇਸ ਪਾਣੀ ਨੇ ਗਗਨ ਮੰਡਲ ਨੂੰ ਨਹੀਂ ਛੋਇਆ ਇਸ ਪਾਣੀ ਨੂੰ ਗਰਮੀ ਮਿਲੇ ਪੂਰਨ ਗਰਮੀ ਮਿਲੇ ਥੋੜ੍ਹੀ ਜਿਹੀ ਗਰਮੀ ਨਾਲ ਤੇ ਬਰਫ਼ ਪਿਘਲਦੀ ਹੈ ਪਾਣੀ ਬਣਦੀ ਹੈ ਪਰ ਜੇ ਕਿਧਰੇ ਗਰਮੀ ਬਹੁਤ ਮਿਲੇ ਤਾਂ ਪਾਣੀ ਬੁਖਾਰਾਤ ਬਣ ਕੇ ਉੱਡ ਜਾਂਦਾ ਹੈ ਠੋਸ ਜਮਿਆ ਹੋਇਆ ਮਨੁੱਖੀ ਮਨ ਪਸ਼ੂ ਦੀ ਤਰ੍ਹਾਂ ਅਤੇ ਪਿਘਲਿਆ ਹੋਇਆ ਮਨ ਮਨੁੱਖ ਦੀ ਤਰ੍ਹਾਂ ਅਤੇ ਉੱਚਾ ਹੋ ਗਿਆ ਜਿਸਨੇ ਬੁਲੰਦੀਆਂ ਨੂੰ ਛੂ ਲਿਆ ਜੋ ਪਰਮਾਤਮਾ ਦੇ ਦੁਆਰ 'ਤੇ ਦਸਤਕ ਦੇਣ ਲੱਗ ਪਿਆ ਜੋ ਸਮੁੱਚੇ ਸੰਸਾਰ 'ਤੇ ਬਰਸਣ ਲੱਗ ਪਿਆ ਜਿਵੇਂ ਬੱਦਲ ਬਰਸਦੇ ਨੇ ਨਦੀ ਇੱਕ ਮੁਲਕ ਦੇ 'ਚ ਵਗਦੀ ਹੈ ਇੱਕ ਪ੍ਰਾਂਤ ਦੇ 'ਚ ਵਗਦੀ ਹੈ ਕੁਛ ਜ਼ਿਲ੍ਹਿਆਂ ਨੂੰ ਕੁਛ ਕਸਬਿਆਂ ਨੂੰ ਸੈਰਾਬ ਕਰਕੇ ਜਾਂਦੀ ਹੈ ਔਰ ਉਸ ਨਦੀ ਦਾ
ਬਕਾਇਦਾ ਕਿਸੇ ਪ੍ਰਾਂਤ ਨਾਲ ਕਿਸੇ ਮੁਲਕ ਨਾਲ ਤਾਲੁਕ ਆਉਂਦੀ ਹੈ। ਅਸੀਂ ਦੇਖਦੇ ਹਾਂ ਨਦੀਆਂ ਦੇ ਉੱਤੇ ਦੋ ਮੁਲਕ ਲੜ ਪੈਂਦੇ ਨੇ, ਦੋ ਪ੍ਰਾਂਤ ਲੜ ਪੈਂਦੇ ਨੇ, ਦੋ ਕੌਮਾਂ ਲੜ ਪੈਂਦੀਆਂ ਨੇ। ਨਦੀਆਂ ਦੇ ਉੱਤੇ ਦਾਅਵਾ ਕੀਤਾ ਜਾ ਸਕਦਾ ਹੈ, ਪਰ ਤੁਹਾਨੂੰ ਅੱਜ ਤੱਕ ਕੋਈ ਐਸਾ ਨਿਜ਼ਾਮ ਨਹੀਂ ਮਿਲਿਆ ਹੋਵੇਗਾ ਜਿਸ ਨੇ ਬਦਲਾਂ 'ਤੇ ਦਾਅਵਾ ਕੀਤਾ ਹੋਵੇ। ਇਹ ਬੱਦਲ ਮੇਰੇ ਨੇ, ਇਹ ਬੱਦਲ ਮੇਰੇ ਨੇ, ਬੱਦਲਾਂ 'ਤੇ ਝਗੜਾ ਨਹੀਂ ਕੀਤਾ ਜਾ ਸਕਦਾ, ਕਿਉਂਕਿ ਬੱਦਲ ਸੁਤੰਤਰ ਨੇ। ਨਦੀ ਬੱਝੀ ਹੋਈ ਹੈ, ਨਦੀ ਗ੍ਰਿਫਤ ਹੈ, ਨਦੀ ਬੰਧਨ ਦੇ 'ਚ ਹੈ, ਬੱਦਲ ਬੰਧਨ ਦੇ 'ਚ ਨਹੀਂ ਹੈ। ਜਿਸਦਾ ਮਨ ਬੱਦਲਾਂ ਦੀ ਤਰ੍ਹਾਂ ਬਣ ਗਿਆ, ਬੁਖਾਰਾਤ ਦੀ ਤਰ੍ਹਾਂ ਉੱਚਾ ਹੋ ਗਿਆ, ਉੱਡ ਗਿਆ, ਪਰਮਾਤਮਾ ਤੱਕ ਪਹੁੰਚ ਗਿਆ, ਉਸ ਮਨੁੱਖ ਦੇ ਉੱਤੇ ਕੋਈ ਦਾਅਵਾ ਨਹੀਂ ਕਰ ਸਕਦਾ ਇਹ ਸਿਰਫ ਮੇਰਾ ਹੀ ਹੈ। ਔਰ ਉਹ ਮਨੁੱਖ ਐਸਾ ਵੀ ਨਹੀਂ ਆਖੇਗਾ ਕਿ ਮੈਂ ਸਿਰਫ ਫਲਾਣੇ ਦਾ, ਉਹ ਤੇ ਬੱਦਲ ਦੀ ਤਰ੍ਹਾਂ ਉਹ ਤੇ ਸਾਰੀ ਥਾਂ ਤੇ ਬਰਸੇਗਾ, ਪਹਾੜਾਂ ਤੇ ਵੀ ਬਰਸੇਗਾ, ਔਰ ਮਰੂਥਲ ਵਿੱਚ ਵੀ ਬਰਸੇਗਾ, ਜੰਗਲਾਂ ਵਿੱਚ ਬਰਸੇਗਾ, ਸ਼ਹਿਰਾਂ ਵਿੱਚ ਬਰਸੇਗਾ, ਕਸਬਿਆਂ ਵਿੱਚ ਬਰਸੇਗਾ, ਦਰਿਆਵਾਂ ਤੇ ਵੀ ਬਰਸੇਗਾ, ਸਾਗਰ ਤੇ ਵੀ ਬਰਸੇਗਾ, ਸਭ ਜਗ੍ਹਾ ਬਰਸੇਗਾ। ਉਹ ਸਾਰਿਆਂ ਦਾ ਸਾਂਝਾ ਹੋ ਗਏ, ਉਹਦੀ ਦ੍ਰਿਸ਼ਟੀ ਦੇ ਸਾਰੇ ਇੱਕ ਹੋ ਗਏ। ਭੀਖਣ ਸ਼ਾਹ ਨੇ ਬਾਲ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਮਣੇ ਦੋ ਮੁੱਠਾਂ ਅੱਗੇ ਕੀਤੀਆਂ ਸਨ, ਜਿਨ੍ਹਾਂ ਦੋ ਮੁੱਠਾਂ ਵਿੱਚ ਪਤਾਸ਼ੇ ਸਨ। ਅੰਦਰ ਭਾਵ ਇਹ ਰੱਖਿਆ ਸੀ ਕਿ ਜੋ ਸੱਜਾ ਹੱਥ ਹੈ ਇਹ ਹਿੰਦੂਆਂ ਦਾ, ਜੋ ਖੱਬਾ ਹੱਥ ਹੈ ਇਹ ਮੁਸਲਮਾਨਾਂ ਦਾ। ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖੱਬੇ ਹੱਥ ਦੇ ਉੱਤੇ ਹੱਥ ਰੱਖ ਦਿੱਤਾ ਤਾਂ ਮੈਂ ਸਮਝਾਂਗਾ ਇਹ ਮੁਸਲਮਾਨਾਂ ਦੇ ਵਲੀ ਅੱਲਾਹ ਨੇ, ਔਰ ਸੱਜੇ 'ਤੇ ਰੱਖ ਦਿੱਤਾ ਤਾਂ ਸਮਝਾਂਗਾ ਇਹ ਹਿੰਦੂਆਂ ਦੇ ਗੁਰੂ ਨੇ। ਜਿਉਂ ਭੀਖਣ ਸ਼ਾਹ ਨੇ ਦੋ ਮੁੱਠਾਂ ਅੱਗੇ ਕੀਤੀਆਂ ਤਾਂ ਦੋਹਾਂ ਹੀ ਮੁੱਠਾਂ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹੱਥ ਧਰ ਦਿੱਤਾ, ਭੀਖਣ ਸ਼ਾਹ ਸਜਦੇ ਵਿੱਚ ਆ ਗਿਆ, ਉਹਦਾ ਮਸਤਕ ਝੁਕਿਆ। ਇਹ ਉਹ ਮਹਾਂਪੁਰਸ਼ ਆਇਆ ਜੋ ਨਦੀ ਦੀ ਤਰ੍ਹਾਂ ਨਹੀਂ, ਬਰਫ਼ ਦੀ ਤਰ੍ਹਾਂ ਨਹੀਂ, ਬੱਦਲ ਦੀ ਤਰ੍ਹਾਂ ਹੈ। ਬਰਫ਼ 'ਤੇ ਦਾਅਵਾ ਕੀਤਾ ਜਾ ਸਕਦਾ ਹੈ, ਨਦੀ 'ਤੇ ਦਾਅਵਾ ਕੀਤਾ ਜਾ ਸਕਦਾ ਹੈ, ਬੱਦਲਾਂ 'ਤੇ ਦਾਅਵਾ ਨਹੀਂ ਕੀਤਾ ਜਾ ਸਕਦਾ। ਨਦੀਆਂ ਦੇ ਨਾਮ ਰੱਖੇ ਜਾ ਸਕਦੇ ਨੇ, ਨਦੀਆਂ ਦੀ ਵੰਡ ਦੇ ਉੱਤੇ ਖੂਨ ਖਰਾਬੇ ਹੋ ਜਾਂਦੇ ਨੇ, ਨਦੀਆਂ ਦਾ ਪਾਣੀ ਵੰਡ ਦਿੱਤਾ ਜਾਂਦਾ ਹੈ, ਨਦੀਆਂ ਦੇ ਪਾਣੀ 'ਤੇ ਝਗੜਾ ਵੀ ਹੈ, ਬੱਦਲਾਂ ਦੇ ਪਾਣੀ 'ਤੇ ਕੋਈ ਝਗੜਾ ਨਹੀਂ। ਬੱਦਲ ਤਕਸੀਮ ਨਹੀਂ ਹੋ ਸਕਦੇ, ਬੱਦਲਾਂ ਦੇ ਨਾਲ ਕਿਸੇ ਪ੍ਰਾਂਤ ਮੁਲਕ ਅਤੇ ਕੌਮ ਨੂੰ ਨਹੀਂ ਜੋੜਿਆ ਜਾ ਸਕਦਾ, ਬਿਲਕੁਲ ਸੁਤੰਤਰ ਨੇ। ਜੋ ਬਰਫ਼ ਦੀ ਤਰ੍ਹਾਂ, ਜੋ ਭਾਪ ਦੀ ਤਰ੍ਹਾਂ ਉੱਚੇ ਉੱਠ ਗਏ, ਜਿਨ੍ਹਾਂ ਨੇ ਬੁਲੰਦੀਆਂ ਨੂੰ ਛੋਹ ਲਿਆ, ਐਸੇ ਮਹਾਂਪੁਰਸ਼ਾਂ ਦੇ ਉੱਤੇ ਕੋਈ ਇੱਕ ਕੌਮ, ਕੋਈ ਇੱਕ ਪ੍ਰਾਂਤ, ਕੋਈ ਇੱਕ ਮੁਲਕ ਦਾਅਵਾ ਨਹੀਂ ਕਰ ਸਕਦਾ ਕਿ ਮੇਰਾ ਹੈ, ਮੇਰਾ ਹੈ। ਉਹ ਦਰਿਆ ਦੀ ਤਰ੍ਹਾਂ ਨਹੀਂ ਨੇ, ਉਹ ਬਰਫ਼ ਦੀ ਤਰ੍ਹਾਂ ਨਹੀਂ ਨੇ, ਉਹ ਭਾਪ ਦੀ ਤਰ੍ਹਾਂ ਨੇ। ਤੋ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਐ ਮਨ ਤੂੰ ਜੋਤ ਸਰੂਪ ਹੈ, ਤੂੰ ਭੌਂਕਣਾ ਕੁੱਤਾ ਨਹੀਂ, ਤੂੰ ਗਧੇ ਦੀ ਤਰ੍ਹਾਂ ਨਹੀਂ, ਬਲਕਿ ਤੂੰ ਜੋਤ ਸਰੂਪ ਹੈ, ਪ੍ਰਭੂ ਦੀ ਅੰਸ ਹੈ, ਪਰਮਾਤਮਾ ਦੀ ਅੰਸ ਹੈ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬਾਪੂ ਪਿਤਾ ਕਲਿਆਣ ਦਾਸ ਜਦ ਬਜ਼ੁਰਗ ਹੋ ਗਏ, ਬਿਰਧ ਹੋ ਗਏ, ਤਾਂ ਉਹਨਾਂ ਨੇ ਬਿਰਧ ਅਵਸਥਾ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅੱਗੋਂ ਜੋਦੜੀ ਕੀਤੀ ਵੀ ਹੇ ਨਾਨਕ, ਤੁਸੀਂ ਜੋਗੀ ਜੰਗਮ ਬ੍ਰਾਹਮਣਾਂ ਨੂੰ ਤਾਰਿਆ, ਹਾਜੀਆਂ ਨੂੰ ਮਾਰਗ ਦੱਸਿਆ, ਜੰਗਲਾਂ ਵਿੱਚ ਭਟਕਦੇ ਹੋਏ ਰਾਕਸ਼ਸ ਦੈਂਤਾਂ ਨੂੰ ਮਾਰਗ ਦੱਸਿਆ, ਮੈਂ ਤੁਹਾਡਾ ਪਿਤਾ ਹਾਂ, ਔਰ ਪ੍ਰਭੂ ਪ੍ਰਾਪਤੀ ਤੋਂ ਬਿਨਾਂ ਹੀ ਸੰਸਾਰ ਤੋਂ ਰੁਖਸਤ ਹੋ ਜਾਵਾਂ ਤਾਂ ਮੇਰੀ ਬਹੁਤ ਵੱਡੀ ਬਦਕਿਸਮਤੀ ਹੋਵੇਗੀ। ਜਿਹੜੀ ਸੌਗਾਤ ਤੁਸੀਂ ਜੋਗੀ ਜੰਗਮ ਭਗਤ ਹਾਜੀਆਂ ਦੇ ਪੱਲੇ ਪਾਈ ਹੈ, ਉਹ ਦਾਤ, ਉਹ ਸੌਗਾਤ ਮੇਰੀ ਝੋਲੀ ਵਿੱਚ ਵੀ ਪਾਓ। ਤਾਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉੱਥੇ ਜੋ ਉਦਾਹਰਣ ਦੇ ਕੇ ਸਮਝਾਇਆ ਹੈ,
ਆਪਣੇ ਬਾਪੂ ਨੂੰ, ਉਹ ਕਾਬਲੇ ਸ਼ਹੀਦ ਹੈ। ਸਾਹਿਬ ਕਹਿੰਦੇ ਨੇ ਕਿ ਇਹ ਜਿਹੜਾ ਮਨ ਹੈ ਇਹ ਬਰਫ਼ ਦੀ ਤਰ੍ਹਾਂ, ਅਤੇ ਬਰਫ਼ ਦਾ ਕੰਮ ਹੈ ਪਿਘਲਣਾ, ਮਨ ਦਾ ਕੰਮ ਹੈ ਪਿਘਲਣਾ। ਬਰਫ਼ ਦੇ ਚੋਂ ਬੂੰਦ ਬੂੰਦ ਬਾਣੀ ਟਪਕੇਗਾ, ਮਨ ਦੇ ਚੋਂ ਫੁਰਨੇ ਨਿਕਲਣਗੇ, ਹਰ ਵਕਤ ਨਿਕਲਣਗੇ। ਇੱਕ ਇੱਕ ਫੁਰਨਾ ਇੱਕ ਇੱਕ ਬੂੰਦ ਹੈ, ਔਰ ਇੱਕ ਇੱਕ ਬੂੰਦ ਝਰਨ ਦੇ ਨਾਲ, ਇੱਕ ਇੱਕ ਫੁਰਨੇ ਦੇ ਪੈਦਾ ਹੋਣ ਦੇ ਨਾਲ ਮਨੁੱਖ ਦੀ ਸ਼ਕਤੀ ਸਹਿਜੇ ਸਹਿਜੇ ਛੀਣ ਆਉਂਦੀ ਹੈ, ਕਿਉਂਕਿ ਤਬਾਹ ਹੋ ਰਿਹਾ, ਬਰਬਾਦ ਹੋ ਰਿਹਾ। ਕੋਈ ਬੂੰਦ ਕਿਧਰੇ ਗਿਰ ਰਹੀ, ਕੋਈ ਬੂੰਦ ਕਿਧਰੇ ਗਿਰ ਰਹੀ ਹੈ। ਬਰਫ਼ ਦਾ ਅੰਤ ਹੋ ਗਿਆ, ਬਣਿਆ ਕੁਛ ਵੀ ਨਾ, ਪੱਲੇ ਹੱਥ ਕੁਛ ਨਾ ਆਇਆ, ਛਿੰਨ ਛਿੰਨ ਕਰਕੇ ਮਨੁੱਖ ਖਤਮ ਹੋ ਗਿਆ, ਅੰਤ ਹੋ ਗਿਆ ਇਸਦਾ। ਤੋ ਸਾਹਿਬ ਕਹਿੰਦੇ ਨੇ ਮਨੁੱਖੀ ਮਨ ਬਰਫ਼ ਦੀ ਤਰ੍ਹਾਂ, ਬਰਫ਼ ਦਾ ਕੰਮ ਹੈ ਪਿਘਲਣਾ, ਮਨ ਦਾ ਕੰਮ ਹੈ ਪਿਘਲਣਾ। ਮਹਾਰਾਜ ਕਹਿਣ ਲੱਗੇ, ਇੱਕ ਭਾਂਡੇ ਵਿੱਚ ਪਾਣੀ ਬਦਬੂਦਾਰ ਹੋਵੇ, ਗੰਦਾ ਹੋਵੇ, ਗਦਲਾ ਹੋਵੇ, ਕੀੜੇ ਉਸਦੇ ਚੱਲ ਰਹੇ ਹੋਣ, ਔਰ ਦੂਸਰਾ ਇੱਕ ਬਰਤਨ ਹੋਰ ਹੋਵੇ ਜਿਸ ਵਿੱਚ ਪਾਣੀ ਸ਼ਫਾਫ ਹੋਵੇ, ਨਿਰਮਲ ਹੋਵੇ, ਔਰ ਉਸ ਵਿੱਚ ਕੇਵੜੇ ਅਤੇ ਆਦਿਕ ਦੀ ਸੁਗੰਧੀ ਵੀ ਆ ਰਹੀ ਹੋਵੇ। ਮਹਾਰਾਜ ਕਹਿਣ ਲੱਗੇ, ਮੇਰੇ ਕੋਲ ਹੋਵੇ ਬਰਫ਼ ਦਾ ਡਲਾ, ਜੇ ਉਹਨੂੰ ਪਾ ਦੇਈਏ ਗੰਦੇ ਪਾਣੀ ਵਿੱਚ ਤਾਂ ਪਿਘਲ ਪਿਘਲ ਕੇ ਉਹ ਗੰਦੇ ਪਾਣੀ ਦਾ ਰੂਪ ਹੋ ਜਾਏਗਾ, ਉਹਦੇ 'ਚੋਂ ਵੀ ਬਦਬੂ ਆਉਣ ਲੱਗ ਪਏਗੀ, ਉਹਦੇ 'ਚ ਵੀ ਕੀੜੇ ਹੋ ਜਾਣਗੇ, ਉਹਦੇ ਪਾਸ ਬੈਠਣਾ ਵੀ ਔਖਾ ਹੋ ਜਾਏਗਾ। ਔਰ ਇਸੇ ਤਰੀਕੇ ਦੇ ਨਾਲ ਉਸ ਬਰਫ਼ ਦੇ ਡਲੇ ਨੂੰ ਜੇ ਉਸ ਭਾਂਡੇ ਵਿੱਚ ਪਾ ਦੇਈਏ ਜੋ ਨਿਰਮਲ ਹੈ, ਸਫਾਫ ਹੈ, ਸੁਗੰਧਿਤ ਹੈ, ਤਾਂ ਪਿਘਲ ਪਿਘਲ ਕੇ ਉਹ ਬਰਫ਼ ਨਿਰਮਲ ਪਾਣੀ ਦਾ ਰੂਪ ਧਾਰਨ ਕਰ ਜਾਏਗੀ, ਉਹਦੇ 'ਚੋਂ ਮਹਿਕ ਆਉਣ ਲੱਗ ਪਏਗੀ, ਉਹਦੇ 'ਚੋਂ ਸੁਗੰਧੀ ਆਉਣ ਲੱਗ ਪਏਗੀ, ਉਹਦੇ ਪਾਸ ਬੈਠਣ ਨੂੰ ਜੀ ਕਰੇਗਾ, ਔਰ ਉਸ ਪਾਣੀ ਪੀਣ ਨੂੰ ਦਿਲ ਕਰੇਗਾ। ਮਹਾਰਾਜ ਕਹਿਣ ਲੱਗੇ, ਬਾਪੂ ਹੂ ਬਹੂ ਇਹੀ ਮਨ ਦੀ ਹਾਲਤ ਹੈ। ਇਸ ਮਨ ਨੂੰ ਪਾ ਦੇਈਏ ਸੰਸਾਰ ਦੇ ਵਿਕਾਰਾਂ ਵਿੱਚ ਤਾਂ ਪਿਘਲ ਪਿਘਲ ਕੇ ਇਹੀ ਸ਼ੈਤਾਨ ਹੋ ਜਾਂਦਾ, ਇਹੀ ਪਸ਼ੂ ਹੋ ਜਾਂਦਾ, ਇਹੀ ਵਿਕਾਰਾਂ ਦਾ ਰੂਪ ਹੋ ਜਾਂਦਾ। ਅਤੇ ਜੇ ਇਸੇ ਮਨ ਨੂੰ ਪਾ ਦੇਈਏ ਗੁਰੂ ਬਾਣੀ ਵਿੱਚ, ਪ੍ਰਭੂ ਦੇ ਨਾਮ ਵਿੱਚ, ਸਤਸੰਗ ਵਿੱਚ, ਤਾਂ ਪਿਘਲ ਪਿਘਲ ਕੇ ਇਹੀ ਪਰਮਾਤਮਾ ਦਾ ਰੂਪ ਹੋ ਜਾਂਦਾ, ਇਹੀ ਈਸ਼ਵਰ ਦਾ ਰੂਪ ਹੋ ਜਾਂਦਾ। ਜਿੱਥੇ ਮਨ ਖੁਟਹਰ ਹੈ, ਖੋਤਾ ਹੈ, ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾਂ ਉਦਮਾਦਾ, ਖਰਕਾ ਪੈ ਖਰ ਤੋ ਛੁਟੇ ਜੋ ਉੱਪਰ ਲਾਦਾ, ਉੱਥੇ ਇਹੀ ਮਨ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਜੋਤ ਸਰੂਪ ਹੋ ਜਾਂਦਾ, ਆਪਣੇ ਮੂਲ ਦੀ ਸਮਝ ਆਉਂਦਿਆਂ ਹੀ ਜੋਤ ਸਰੂਪ ਹੋ ਜਾਂਦਾ, ਔਰ ਇਹ ਬਰਫ਼ ਭਾਪ ਬਣ ਜਾਂਦੀ ਹੈ। ਮਨੁੱਖ ਆਇਆ ਹੈ ਪਰਮਾਤਮਾ ਹੋਣ ਵਾਸਤੇ, ਪਸ਼ੂਆਂ ਦੇ ਜਗਤ ਤੋਂ ਇਹ ਲੰਘ ਚੁੱਕਿਆ, ਪੰਛੀਆਂ ਦੇ ਜਗਤ ਤੋਂ ਇਹ ਲੰਘ ਚੁੱਕਿਆ। ਪਰਮਾਤਮਾ ਹੋਣ ਦੀ ਸੰਭਾਵਨਾ ਮਨੁੱਖ ਦੇ ਅੰਦਰ ਛੁਪੀ ਹੋਈ ਹੈ, ਲੇਕਿਨ ਇਸਦਾ ਅਤੀਤ ਪਸ਼ੂ ਹੈ, ਇਸਦਾ ਪਿਛੋਕੜ ਪਸ਼ੂ ਹੈ, ਇਸਦਾ ਭੂਤਕਾਲ ਪਸ਼ੂ ਹੈ। ਅਤੀਤ ਖਿੱਚਦਾ, ਭੂਤਕਾਲ ਖਿੱਚਦਾ, ਪਿਛੋਕੜ ਖਿੱਚਦਾ। ਇਸ ਵਾਸਤੇ ਦੋਵੇਂ ਸੰਭਾਵਨਾਵਾਂ ਮਨੁੱਖ ਦੇ ਅੰਦਰ ਛੁਪੀਆਂ ਹੋਈਆਂ ਨੇ, ਪਸ਼ੂ ਹੋਣ ਦੀਆਂ ਵੀ ਔਰ ਪਰਮਾਤਮਾ ਹੋਣ ਦੀਆਂ ਵੀ। ਸਤਸੰਗ ਇੱਕ ਸਾਧਨ ਹੈ ਮਨੁੱਖ ਪਰਮਾਤਮਾ ਦਾ ਰੂਪ ਹੋ ਸਕੇ, ਵਿਕਾਰ ਇੱਕ ਸਾਧਨ ਨੇ ਮਨੁੱਖ ਸ਼ੈਤਾਨ ਦਾ ਰੂਪ ਹੋ ਸਕੇ, ਪਸ਼ੂਆਂ ਦਾ ਰੂਪ ਹੋ ਸਕੇ। ਔਰ ਇਸ ਵਿਚਾਰ ਤੋਂ ਇਹ ਪ੍ਰੇਰਣਾ ਲੈਣੀ ਹੈ ਕਿ ਸਤਸੰਗ ਦੇ ਆਸਰੇ 'ਤੇ, ਬਾਣੀ ਦੇ ਆਸਰੇ 'ਤੇ, ਨਾਮ ਦੇ ਵਿਚਾਰ ਦੇ ਆਸਰੇ 'ਤੇ ਮਨ ਨੂੰ ਪਰਮਾਤਮਾ ਦਾ ਰੂਪ ਬਣਾਉਣਾ, ਜਿਹੜਾ ਕਿ ਇਸ ਦੀ ਸੰਭਾਵਨਾ ਹੈ, ਜਿਹੜੀ ਕਿ ਹੋਂਦ ਇਸ ਦੇ ਅੰਦਰ ਜੋ ਹੈ ਛੁਪੀ ਹੋਈ ਹੈ। ਇੱਥੇ ਹੀ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।